ਤੁਹਾਡੀ ਇੱਛਾ ਸੀ ਉਹਨੂੰ ਪੂਰੀ ਕਰਦੇ ਹੋਏ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸੀ ਉਹਦੇ ਵਿੱਚ ਜਿਹੜਾ ਅਗਲਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਝੰਜੋੜਨ ਵਾਲਾ ਐਕਸ਼ਨ ਪ੍ਰੋਗਰਾਮ ਤੈਅ ਹੋ ਗਿਆ 6 ਤਾਰੀਖ ਨੂੰ ਜਿਹੜੀ ਕੇਐਮਪੀ ਹੈ ਉਹਨੂੰ ਬੰਦ ਰੱਖਣਾ 5 ਘੰਟੇ ਬੰਦ ਰੱਖਣ ਦਾ ਐਕਸ਼ਨ ਪ੍ਰੋਗਰਾਮ ਪਾਸ ਹੋ ਗਿਆ ਕੱਲ केएमपी दिल्ली दियां हद्दां तो बाहरला बाईपास है एक्सप्रेस बाईपास जमीन तो उच्चा 20-25 किलोमीटर जिदे ते कोई 15-20 किलोमीटर तो घट ना कोई उहदे ते ट्रैफिक चढ़दी है ते ना उतरदी है सारा 400 किलोमीटर दा उह केएमपी बाईपास है केएमपी दा ना उहदा तीन जिहड़े उहदे ते वड्डे शहर पैंदे ने जां स्थान पैंदे ने कुंडली मानेसर पलवल 400 किलोमीटर का बाईपास है दिल्ली के आले दुआले बड़ा एक्सप्रेस वे है जिदे 20-25 किलोमीटर तो घट ना कोई उहदे चढ़दा ना उतरदा वह आम जनता की आवाजाई लई नहीं वो जिहड़ी इहदे आले दुआले स्थानक पिंड ने स्थानक बसों है भावे वह यूपी की है भावे हरियाणे की है ज राजस्थान की है जा मध्य प्रदेश की है वो उस बसों लई नहीं वो आम बसों लई नहीं जिहड़ा बाईपास एक्सप्रेस वे है वो जिहड़ी वड्डी भारी ट्रैफिक है इत्थे दिल्ली दे विच गुड़गांव दे विच वड्डे वड्डे कारपोरेट घराणे दीआं मिलां ने ਵੱਡੀਆਂ ਵੱਡੀਆਂ ਫੈਕਟਰੀਆਂ ਨੇ ਉਹਨਾਂ ਦੀਆਂ ਜਿਨ੍ਹਾਂ ਦੇ ਵਿੱਚ ਮਾਲ ਆਇ ਨਹੀਂ ਵੀ ਗੱਲਾਂ ਇੱਥੋਂ ਨਿਕਲ ਕੇ ਹਰਿਆਣੇ 'ਚ ਜਾਂਦਾ ਇੱਥੋਂ ਤਿਆਰ ਹੋ ਕੇ ਬਾਹਰਲੇ ਮੁਲਕਾਂ ਦੇ ਵਿੱਚ ਗੜਗਾਉਂ ਜੈਪੁਰ ਦੁਬਈ ਵਗੈਰਾ ਤੱਕਰ ਬੰਬੇ ਵਿਚਦੀ ਹੋ ਕੇ ਵਿਦੇਸ਼ਾਂ ਤੱਕਰ ਜਿਹੜਾ ਮਾਲ ਜਾਂਦਾ ਉਹ ਸਾਰਾ ਮਾਲ ਇਸ ਕੇਐਮਪੀ ਰਾਹੀਂ ਆਉਂਦਾ ਤੇ ਕੇਐਮਪੀ ਰਾਹੀਂ ਬਾਹਰ ਜਾਂਦਾ ਹੈ ਸੋ ਉੱਥੇ ਕੋਈ ਆਟੋ ਰਿਕਸ਼ੇ ਵਾਲਾ ਜਾਂ ਦੂਜੇ ਰਿਕਸ਼ੇ ਵਾਲੇ ਨਹੀਂ ਚੱਲਦੇ ਉੱਥੇ ਭਾਰੀ ਜਿਹੜੀ ਟ੍ਰੈਫਿਕ ਹੈ ਕਾਰਪੋਰੇਟ ਘਰਾਣਿਆਂ ਦੀਆਂ ਵੱਡੀਆਂ ਮਿੱਲਾਂ ਦੀ ਜਿਹੜੀ ਕੰਟੇਨਰ ਹੈ ਵੱਡੇ ਟਰਾਲੇ ਆ ਜਿਹੜੇ ਉਹ ਚੱਲਦੇ ਆ ਸੋ ਉਹਨਾਂ ਨੂੰ ਰੋਕਣ ਦੀ ਖਾਤਰ ਤਾਂ ਕਿ ਸਰਕਾਰ ਤੇ ਵੀ ਸੇਕ ਲੱਗੇ ਤੇ ਨਾਲ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੀ ਖਾਤਰ ਉਹਨਾਂ ਨੂੰ ਮਾਲੋ ਮਾਲ ਕਰਨ ਦੀ ਖਾਤਰ ਇਹ ਸਰਕਾਰ ਨੇ ਜਿਹੜੇ ਕਾਨੂੰਨ ਲਿਆਂਦੇ ਆ 3 ਕਾਨੂੰਨ ਜਾਂ ਹੋਰ ਨੀਤੀਆਂ ਲਿਆਂਦੀਆਂ ਨੇ ਉਹ ਕਾਰਪੋਰੇਟ ਘਰਾਣਿਆਂ ਨੂੰ ਵੀ ਸੱਟ ਵੱਜ ਸਕੇ ਤੇ ਸਰਕਾਰ ਨੂੰ ਵੀ ਸੇਕ ਲੱਗੇ ਇਸ ਲੋੜ ਚ ਉਹ ਜਿਹੜਾ 6 ਤਰੀਕ ਦਾ ਐਕਸ਼ਨ ਪ੍ਰੋਗਰਾਮ ਹੈ ਕੇਐਮਪੀ ਬੰਦ ਕਰਨ ਵਾਲਾ ਐਕਸ਼ਨ ਪ੍ਰੋਗਰਾਮ ਲਿਆਂਦਾ ਹੈ 3 ਮਹੀਨਿਆਂ ਤੋਂ ਮੋਰਚੇ 'ਚ ਡਟੇ ਮੇਰੇ ਜੁਝਾਰੂ ਕਿਸਾਨ ਤੇ ਮਜ਼ਦੂਰ ਭਰਾਵੋ ਤੇ ਮੇਰੇ ਭੈਣੋ ਆਪਣਾ 6 ਤਰੀਕ ਨੂੰ ਪੂਰੇ 100 ਦਿਨ ਹੋ ਜਾਣਗੇ ਆਪਣੇ ਅੰਦੋਲਨ ਨੂੰ ਸ਼ੁਰੂ ਹੋਏ ਨੂੰ ਦਿੱਲੀ ਵਾਲੇ ਨੂੰ ਤੇ ਤੁਸੀਂ ਕਾਫੀ ਸਮੇਂ ਤੋਂ ਸਾਨੂੰ ਕਹਿ ਰਹੇ ਸੀਗੇ ਕਿਸਾਨ ਆਗੂਆਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵੀ 26 ਜਨਵਰੀ ਤੋਂ ਬਾਅਦ ਦਿੱਲੀ ਦੇ ਵਿੱਚ ਦਿੱਲੀ ਤੇ ਆਧਾਰਿਤ ਦਿੱਲੀ ਕੇਂਦਰ ਤੇ ਕੋਈ ਐਕਸ਼ਨ ਪ੍ਰੋਗਰਾਮ ਨਹੀਂ ਦਿੱਤਾ ਗਿਆ ਤੇ ਲਗਾਤਾਰ ਤੁਸੀਂ ਮੰਗ ਕਰ ਰਹੇ ਸੀਗੇ ਵੀ ਕੋਈ ਦਿੱਲੀ ਕੇਂਦਰ ਤੇ ਐਕਸ਼ਨ ਪ੍ਰੋਗਰਾਮ ਦਿੱਤਾ ਜਾਵੇ ਤਾਂ ਕਿ ਮੋਰਚੇ ਦੇ ਵਿੱਚ ਜਾਂ ਦਿੱਲੀ ਦੇ ਜਿਹੜੇ ਅੱਡ ਅੱਡ ਬਾਰਡਰਾਂ ਤੇ ਬੈਠੇ ਕਿਸਾਨ ਹੈ ਇਹਦੇ ਵਿੱਚ ਗਤੀ ਆਵੇ ਤਾਜ਼ਗੀ ਆਵੇ ਇਹਦੇ ਵਿੱਚ ਤੇ ਜਿਹੜੇ ਸਾਡੇ ਪੱਤਰਕਾਰ ਮੀਡੀਆ ਵਾਲੇ ਭਰਾ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਗਿਣਤੀ ਘਟ ਗਈ ਸੀਗੀ ਉਹਨਾਂ ਦੀ ਉਹ ਵੀ ਇਹ ਕਹਿ ਰਹੇ ਸੀਗੇ ਵੀ ਜਿੱਦੇ ਤੁਹਾਡਾ ਕੋਈ ਐਕਸ਼ਨ ਪ੍ਰੋਗਰਾਮ ਹੋਇਆ ਉਹਦੇ ਤੇ ਪ੍ਰੈਸ ਕਾਨਫਰੰਸ ਹੋਈ ਉਸ ਦਿਨ ਤੁਸੀਂ ਆ ਜਾਓਗੇ ਅਸੀਂ ਆ ਜਾਾਂਗੇ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਕੁਝ ਜਿਹੜੇ ਜਥੇ ਆ ਰਹੇ ਸੀਗੇ ਆਪਣੇ 5-5, 7-7 ਦੇ ਜਦੋਂ ਉਹਨਾਂ ਨੂੰ ਕਹਿੰਦੇ ਸੀਗੇ ਵੀ 5-7 ਕਿਉਂ ਗਿਣਤੀ ਘਟਣੀ ਨਹੀਂ ਚਾਹੀਦੀ ਗਿਣਤੀ ਰਸ਼ ਹੈ ਜਿਹੜਾ ਜਾਂ ਕਹਿ ਲਓ ਟਰਾਲੀਆਂ ਦੇ ਵਿੱਚ ਜਿਹੜੇ ਸਾਡੇ ਭਰਾ ਉਹਨਾਂ ਦੀ ਗਿਣਤੀ 26 ਤੋਂ ਬਾਅਦ ਘਟੀ ਹੈ ਇਹ ਅਸੀਂ ਵੀ ਮੀਟਿੰਗਾਂ 'ਚ ਨੋਟ ਕੀਤਾ ਤੇ ਜਦੋਂ ਅਸੀਂ ਪਿੱਛੇ ਫੋਨ ਕਰਦੇ ਸੀ
ਕਿਸਾਨਾਂ ਨੂੰ ਕਹਿੰਦੇ ਸੀਗੇ ਵੀ ਤੁਸੀਂ ਜਿੱਥੇ ਲਗਾਤਾਰ ਭੇਜੋ ਗਿਣਤੀ ਘਟਣੀ ਨਹੀਂ ਚਾਹੀਦੀ ਜੇ ਮੋਰਚਾ ਜਿੱਤਣਾ ਹੈ ਤਾਂ ਉਹ ਵੀ ਕਹਿੰਦੇ ਸੀਗੇ ਵੀ ਜਿੱਦੇ ਕੋਈ ਐਕਸ਼ਨ ਪ੍ਰੋਗਰਾਮ ਹੋਇਆ ਉੱਤੇ ਆ ਜਾਾਂਗੇ ਕੱਲੇ ਲੰਗਰ ਛਕਣ ਦੀ ਖਾਤਰ ਆਉਣ ਦਾ ਕੀ ਫਾਇਦਾ ਸੋ ਭਰਾਵੋ ਤੁਹਾਡੀਆਂ ਸਾਰੀਆਂ ਜਿਹੜੀਆਂ ਉਮੰਗਾਂ ਸੀ ਤੁਹਾਡੀਆਂ ਉਮੀਦਾਂ ਸੀਗੀਆਂ ਤੁਹਾਡੀ ਇੱਛਾ ਸੀ ਉਹਨੂੰ ਪੂਰੀ ਕਰਦੇ ਹੋਏ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸੀ ਉਹਦੇ ਵਿੱਚ ਜਿਹੜਾ ਅਗਲਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਝੰਜੋੜਨ ਵਾਲਾ ਐਕਸ਼ਨ ਪ੍ਰੋਗਰਾਮ ਤੈਅ ਹੋ ਗਿਆ 6 ਸਟੇਜ ਤੇ ਵੀ ਭਾਈ ਰੌਲਾ ਘੱਟ ਪਾਓ ਮੈਨੂੰ ਤੁਹਾਡੀਆਂ ਆਵਾਜ਼ਾਂ ਸੁਣ ਰਹੀਆਂ ਨੇ ਸਪੀਕਰ ਘੱਟ ਸੁਣਦਾ ਮੈਂ 6 ਤਾਰੀਖ ਨੂੰ ਜਿਹੜੀ KMP ਹੈ ਉਹਨੂੰ ਬੰਦ ਰੱਖਣਾ 5 ਘੰਟੇ ਬੰਦ ਰੱਖਣ ਦਾ ਐਕਸ਼ਨ ਪ੍ਰੋਗਰਾਮ ਪਾਸ ਹੋ ਗਿਆ ਕੱਲ ਹੁਣ ਕਈਆਂ ਨੂੰ ਮੈਂ ਸਾਫ ਕਰ ਦਿਆ ਵੀ KMP ਕੀ ਹੈ ਜਿਹੜੇ ਸਾਡੇ ਪਿੰਡਾਂ ਵਾਲੇ ਦਿਹਾਤ ਆਵਾਮ ਹੈ ਜਿਹੜਾ ਮੈਨੂੰ ਇਹਦਾ ਬਹੁਤੇ ਆ ਜਿਹੜੇ ਪਹਿਲੀ ਵਾਰੀ ਦਿੱਲੀ 'ਚ ਆਏ ਹੋਣਗੇ ਉਹਨਾਂ ਨੂੰ ਸ਼ਾਇਦ KMP ਦਾ ਨਾਂ ਪਤਾ ਹੋਵੇ ਵੀ KMP ਕਿਹੜੀ ਸੜਕ ਹੈ KMP ਦਿੱਲੀ ਦੀਆਂ ਹੱਦਾਂ ਤੋਂ ਬਾਹਰਲਾ ਬਾਈਪਾਸ ਹੈ ਐਕਸਪ੍ਰੈਸ ਬਾਈਪਾਸ ਜ਼ਮੀਨ ਤੋਂ ਉੱਚਾ 20-25 ਕਿਲੋਮੀਟਰ ਜਿਹਦੇ ਤੇ ਕੋਈ 15-20 ਕਿਲੋਮੀਟਰ ਤੋਂ ਘੱਟ ਨਾ ਕੋਈ ਉਹਦੇ ਤੇ ਟ੍ਰੈਫਿਕ ਚੜ੍ਹਦੀ ਹੈ ਤੇ ਨਾ ਉਤਰਦੀ ਹੈ ਸਾਰਾ 400 ਕਿਲੋਮੀਟਰ ਦਾ ਉਹ KMP ਬਾਈਪਾਸ ਹੈ KMP ਦਾ ਨਾਂ ਉਹਦਾ 3 ਜਿਹੜੇ ਉਹਦੇ ਤੇ ਵੱਡੇ ਸ਼ਹਿਰ ਪੈਂਦੇ ਨੇ ਜਾਂ ਸਥਾਨ ਪੈਂਦੇ ਨੇ ਕੁੰਡਲੀ ਮਾਨੇਸਰ ਤੇ ਪਲਵਲ ਤਿੰਨਾਂ ਦੇ ਮੂਹਰਲੇ ਅੱਖਰਾਂ ਨੂੰ ਲੈ ਕੇ ਕੁੰਡਲੀ ਤੋਂ K ਲੈ ਕੇ ਮਾਨੇਸਰ ਤੋਂ M ਲੈ ਕੇ ਤੇ ਪਲਵਲ ਤੋਂ P ਲੈ ਕੇ KMP ਬਣਾਤਾ ਉਹ ਜਿਹੜਾ 400 ਕਿਲੋਮੀਟਰ ਦਾ ਬਾਈਪਾਸ ਹੈ ਦਿੱਲੀ ਦੇ ਆਲੇ ਦੁਆਲੇ ਵੱਡਾ ਐਕਸਪ੍ਰੈਸ ਵੇ ਹੈ ਜਿਹਦੇ 20-25 ਕਿਲੋਮੀਟਰ ਤੋਂ ਘੱਟ ਨਾ ਕੋਈ ਉਹਦੇ ਤੇ ਚੜ੍ਹਦਾ ਨਾ ਉਤਰਦਾ ਉਹ ਆਮ ਜਨਤਾ ਦੀ ਆਵਾਜਾਈ ਲਈ ਨਹੀਂ ਉਹ ਜਿਹੜੀ ਇਹਦੇ ਆਲੇ ਦੁਆਲੇ ਸਥਾਨਕ ਪਿੰਡ ਨੇ ਸਥਾਨਕ ਬਸੋਂ ਹੈ ਭਾਵੇਂ ਉਹ UP ਦੀ ਹੈ ਭਾਵੇਂ ਹਰਿਆਣੇ ਦੀ ਹੈ ਜਾਂ ਰਾਜਸਥਾਨ ਦੀ ਹੈ ਜਾਂ ਮੱਧ ਪ੍ਰਦੇਸ਼ ਦੀ ਹੈ ਉਹ ਉਸ ਬਸੋਂ ਲਈ ਨਹੀਂ ਉਹ ਆਮ ਬਸੋਂ ਲਈ ਨਹੀਂ ਉਹ ਜਿਹੜਾ ਬਾਈਪਾਸ ਐਕਸਪ੍ਰੈਸ ਵੇ ਹੈ ਉਹ ਜਿਹੜੀ ਵੱਡੀ ਭਾਰੀ ਟ੍ਰੈਫਿਕ ਹੈ ਇੱਥੇ ਦਿੱਲੀ ਦੇ ਵਿੱਚ ਗੁੜਗਾਓਂ ਦੇ ਵਿੱਚ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਮਿੱਲਾਂ ਨੇ ਵੱਡੀਆਂ ਵੱਡੀਆਂ ਫੈਕਟਰੀਆਂ ਨੇ ਉਹਨਾਂ ਦੀਆਂ ਜਿਨ੍ਹਾਂ ਦੇ ਵਿੱਚ ਮਾਲ ਆਏ ਨਹੀਂ ਵੀ ਇਕੱਲਾ ਇੱਥੋਂ ਨਿਕਲ ਕੇ ਹਰਿਆਣੇ 'ਚ ਹੀ ਜਾਂਦਾ ਇੱਥੋਂ ਤਿਆਰ ਹੋ ਕੇ ਬਾਹਰਲੇ ਮੁਲਕਾਂ ਦੇ ਵਿੱਚ ਗੜਗਾਓਂ ਜੈਪੁਰ ਡਬਈ ਵਗੈਰਾ ਤੀਕਰ ਬੰਬੇ ਵਿਚਦੀ ਹੋ ਕੇ ਵਿਦੇਸ਼ਾਂ ਤੀਕਰ ਜਿਹੜਾ ਮਾਲ ਜਾਂਦਾ ਉਹ ਸਾਰਾ ਮਾਲ ਇਸ KMP ਰਾਹੀਂ ਆਉਂਦਾ ਤੇ KMP ਰਾਹੀਂ ਬਾਹਰ ਜਾਂਦਾ ਸੋ ਉੱਥੇ ਕੋਈ ਆਟੋ ਰਿਕਸ਼ੇ ਵਾਲਾ ਜਾਂ ਦੂਜੇ ਰਿਕਸ਼ੇ ਵਾਲੇ ਨਹੀਂ ਚੱਲਦੇ ਉੱਥੇ ਭਾਰੀ ਜਿਹੜੀ ਟ੍ਰੈਫਿਕ ਹੈ ਕਾਰਪੋਰੇਟ ਘਰਾਣਿਆਂ ਦੀਆਂ ਵੱਡੀਆਂ ਮਿੱਲਾਂ ਦੀ ਜਿਹੜੀ ਕੰਟੇਨਰ ਹੈ ਵੱਡੇ ਟਰਾਲੇ ਆ ਜਿਹੜੇ ਉਹ ਚੱਲਦੇ ਆ ਸੋ ਉਹਨਾਂ ਨੂੰ ਰੋਕਣ ਦੀ ਖਾਤਰ ਤਾਂ ਕਿ ਸਰਕਾਰ ਤੇ ਵੀ ਸੇਕ ਲੱਗੇ ਤੇ ਨਾਲ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੀ ਖਾਤਰ ਉਹਨਾਂ ਨੂੰ ਮਾਲੋਮਾਲ ਕਰਨ ਦੀ ਖਾਤਰ ਇਹ ਸਰਕਾਰ ਨੇ ਜਿਹੜੇ ਕਾਨੂੰਨ ਲਿਆਂਦੇ ਆ 3 ਕਾਨੂੰਨ ਜਾਂ ਹੋਰ ਨੀਤੀਆਂ ਲਿਆਂਦੀਆਂ ਨੇ ਉਹ ਕਾਰਪੋਰੇਟ ਘਰਾਣਿਆਂ ਨੂੰ ਵੀ ਸੱਟ ਵੱਜ ਸਕੇ ਤੇ ਸਰਕਾਰ ਨੂੰ ਵੀ ਸੇਕ ਲੱਗੇ ਇਸ ਲੋੜ 'ਚ ਉਹ ਜਿਹੜਾ 6 ਤਰੀਕ ਦਾ ਐਕਸ਼ਨ ਪ੍ਰੋਗਰਾਮ ਹੈ KMP ਬੰਦ ਕਰਨ ਵਾਲਾ ਐਕਸ਼ਨ ਪ੍ਰੋਗਰਾਮ ਲਿਆਂਦਾ ਹੈ ਸੋ ਇਹ ਜੇ ਹੁਣ ਐਕਸ਼ਨ ਪ੍ਰੋਗਰਾਮ ਤੁਹਾਡੀ ਮੁਰਾਦ ਮੁਤਾਬਕ ਤੁਹਾਡੀ ਇੱਛਾ ਮੁਤਾਬਕ ਪਾਸ ਕਰਤਾ ਹੈ ਤਾਂ ਫਿਰ ਇਹਨੂੰ ਸਫਲ ਕਰਨ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ ਜਿੰਨੀ ਕੁ ਕਿਸਾਨ ਇੱਥੇ ਹੁਣ 3 ਬਾਰਡਰਾਂ ਤੇ ਬੈਠੇ ਨੇ 3 ਬਾਰਡਰਾਂ ਤੇ ਹੀ ਹੈ ਗਾਜੀਪੁਰ ਵਾਲਾ ਬਾਰਡਰ ਆ ਕੁੰਡਲੀ ਵਾਲਾ ਬਾਰਡਰ ਤੇ ਤੀਜਾ ਜਿਹੜਾ ਟਿੱਕਰੀ ਵਾਲਾ ਬਾਰਡਰ ਬਾਕੀ ਕਿਸੇ ਬਾਰਡਰ ਤੇ ਕੋਈ ਘਰਾਓ ਨਹੀਂ ਹੈ ਕੋਈ ਬਾਰਡਰ ਬੰਦ ਨਹੀਂ ਹੈ ਗੜਗਾਓਂ ਵਾਲਾ ਬਾਰਡਰ ਵੀ ਖੁੱਲ੍ਹਾ ਪਲਵਲ ਵਾਲਾ ਵੀ ਖੁੱਲ੍ਹਾ ਹੈ ਸੋ ਜਿਹੜੀ 3 ਬਾਰਡਰਾਂ ਤੇ ਜਿਹੜੇ ਕਿਸਾਨ ਮਜ਼ਦੂਰ ਜਾਂ ਸਾਡੀਆਂ ਭੈਣਾਂ ਬੈਠੀਆਂ ਨੇ ਉਹਨਾਂ ਨਾਲ KMP ਬੰਦ ਨਹੀਂ ਹੋਣੀ KMP ਦਾ ਮੁਕੰਮਲ ਜਾਮ ਨਹੀਂ ਹੋਣਾ ਇਹ ਵੀ ਨਾ ਹੋਵੇ ਵੀ ਆਪਾਂ ਜਾਮ ਦਾ ਸੱਦਾ ਦੇਤਾ ਅੱਧੀ KMP ਚੱਲੀ ਜਾਵੇ 400 ਕਿਲੋਮੀਟਰ ਹੈ 100 ਕਿਲੋਮੀਟਰ 'ਚ ਚੱਲੀ ਜਾਵੇ 200 ਕਿਲੋਮੀਟਰ 'ਚ ਚੱਲੀ ਜਾਵੇ 200 'ਚੋਂ ਬੰਦ ਹੈ ਉਹਦੇ 'ਚ ਐਂ ਨਿਕਲੂਗਾ ਵੀ ਅਸੀਂ ਨਹੀਂ ਕਰ ਸਕੇ ਸਾਡਾ ਪ੍ਰੈਸ਼ਰ ਨਹੀਂ ਬਣੂਗਾ
जे जथेबंदियां ने संयुक्त किसान मोर्चे ने सद्दा दिता है मुकम्मल जाम करन दा, तां इहदा अर्थ मुकम्मल जाम ही होना चाहिए। 5 घंटे उत्थे कोई भी ट्रैफिक नहीं होनी चाहिए। सो इहदी खातर हैगा भी तुसीं जिन्नी इत्थे जनता है, जिवें असीं 26 जनवरी नूं सद्दा दिता सी भी वध तों वध आओ, उसे तरीके नाल 6 मार्च तो पहला 4 मार्च नूं जां 5 मार्च नूं इत्थे वध तों वध सारे पिंडां च जिहड़े किसान आउणे चाहीदे ने, हरियाणा दे, पंजाब दे, यूपी दे, उत्तराखंड दे, राजस्थान दे, जिहड़े कि नाल लगदे आ दिल्ली दे, अजे तिकर कोई कम दा कोई लोड नहीं, कम दा जोर नहीं, कोई हजे हाड़ी दी वाढी शुरू नहीं होई, जिहड़ी गेती छोलियां दी जां सरों दी भी हुंदी आ उहनां च भी हजे 15-20 दिन रहिंदे आ। सो बिलकुल बोली रुत्त है, यह नोट कर लो, अज तो ही नोट कर लो, फोन कर दो सारे पिंड वालों भी जिहड़ा तुसीं जथे भेज दो 5-5 जां 10-10 दे, उहनूं 5 गुणा कर दो, 50-50 दे हो जाण, ते जिन्नी गिणती है तू 5 गुणा गिणती हो जाए जिन्नी इत्थे गिणती हुण मौजूद है, फिर जिहड़ी KMP है मुकम्मल बंद हो जू, मुकम्मल जाम हो जू। सो अपना 26 जनवरी तो बाद 1.25 महीने बाद पहला एक्शन होगा दिल्ली वाला। सो इन मुकम्मल सफल करना उस तरीके नाल जिवें आपां 7 जनवरी नूं KMP ते ट्रैक्टर मार्च किया, सिर्फ किसान जथेबंदियों की अगवाई दे विच पूरे डिसिपलिन दे विच पूरे अनुशासन दे विच उस तरीके नाल उस KMP ते उस तरह के डिसिपलिन नाल उस तरह के अनुशासन नाल जिहड़ा 6 मार्च नूं ट्रैक्टर मार्च नहीं उद्दे जिहड़ा KMP है मुकम्मल जाम है। सो यह एक्शन सी, कई बंदे अज मैनू कहिंदे सी नौजवान मुंडे जिहड़े क्रिकेट वगैरह की टीम वगैरह मैच वगैरह वेखदे है, वह अपनी इस जिहड़ा मोर्चे नूं आपदी भाषा दे विच मैच ही कहिंदे आ वी केंद्र सरकार नाल मोदी सरकार नाल साडा क्रिकेट दा मैच है। हुण वह बाला वह सुटदे आ ते जिहड़ी बल्लेबाजी आ साडे कोले आई हुई है, किसान मोर्चे कोले बल्लेबाजी है ते गेंद जिहड़ी सुटदे आ ਉਹ ਹੈਗੀ ਆ ਕੇਂਦਰ ਸਰਕਾਰ ਕੋਲੇ, ਟੀਮ ਕੋਲੇ, ਕੇਂਦਰ ਸਰਕਾਰ ਦੀ ਟੀਮ ਕੋਲੇ। ਉਹ ਕਹਿੰਦੇ ਆ ਵੀ ਇਦੋਂ ਪਹਿਲਾਂ ਗੇਂਦਾਂ ਸਿੱਟੀਆਂ ਨੇ ਉਹਨਾਂ ਨੇ ਜਿਹੜੇ ਤੇ ਸਾਡੇ ਹਮਲੇ ਕੀਤੇ ਆ, ਜਾਬਰ ਹਮਲੇ ਕੀਤੇ ਆ ਨੇ, ਇਦੋਂ ਪਹਿਲਾਂ ਸਾਡੇ ਤੇ ਝੂਠੇ ਕੇਸ ਬਣਾਏ ਨੇ, ਗ੍ਰਿਫਤਾਰੀਆਂ ਕੀਤੀਆਂ ਨੇ, ਘਰਾਂ ਦੇ ਵਿੱਚ ਛਾਪੇ ਪੈ ਰਹੇ ਨੇ, ਇਹ ਸਾਰੇ ਸਭ ਨੂੰ ਭਰਾਵੋ ਜਿਹੜੇ ਹਮਲੇ ਆ ਸਾਡੇ ਤੇ, ਜਿਨ੍ਹਾਂ ਹਮਲਿਆਂ ਦੇ ਖਿਲਾਫ ਆਪਾਂ ਇੱਕ ਦਿਨ ਦਾ ਸੱਦਾ ਵੀ ਦਿੱਤਾ ਸੀਗਾ ਉਹਨਾਂ ਦੇ ਹਮਲਿਆਂ ਨੂੰ ਠੱਲ ਪਾਉਣ ਦੀ ਖਾਤਰ, ਉਹ ਜਿਹੜੇ ਹਮਲੇ ਆ ਸਾਰੇ ਉਹਨਾਂ ਨੂੰ ਐਂ ਸਮਝ ਲਓ ਵੀ ਉਹਨਾਂ ਦੀਆਂ ਬਾਲਾਂ ਸਿੱਟ ਰਹੇ ਆ ਤੇ ਅਸੀਂ ਆਪਦੀ ਬੱਲੇਬਾਜ਼ੀ ਨਾਲ ਉਹਨਾਂ ਨੂੰ ਮੋੜਨਾ। ਕੱਲ ਰਿਹਾਈ ਹੋਈ ਆ 15 ਕਿਸਾਨਾਂ ਦੀ, ਜ਼ਮਾਨਤ ਹੋਈ ਆ, ਨਹੀਂ 11-13 ਦੀ ਤੇ 9 ਬਾਂਗਿਆਂ ਦੀ ਰਿਹਾਈ ਹੋਈ ਆ ਕੱਲ ਜ਼ਮਾਨਤਾਂ ਮਨਜ਼ੂਰ ਹੋ ਕੇ। ਉਹ ਜਿਹੜੇ 22 ਆ, ਮੈਂ ਕਹਿਣਾ ਵੀ ਉਹ ਜਿਹੜੀ ਸਾ ਗ੍ਰਿਫਤਾਰ ਕੀਤੇ ਸੀਗੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਈਆਂ ਨੂੰ ਐਂ ਹੋਣਾ ਵੀ ਉਹ ਜਿਹੜੇ 22 ਹੈ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ 'ਚ ਪੰਜਾਬ 'ਚੋਂ ਮੋਗੇ ਜ਼ਿਲ੍ਹੇ ਨਾਲ ਸੰਬੰਧਿਤ ਹੈ, ਕਈਆਂ ਨੂੰ ਲੱਗ ਸਕਦਾ ਵੀ ਉਹ ਸ਼ਾਇਦ 26 ਜਨਵਰੀ ਨੂੰ ਲਾਲ ਕਿਲ੍ਹੇ ਤੋਂ ਗ੍ਰਿਫਤਾਰ ਕੀਤੇ ਹੋਣ, ਸਾਰਿਆਂ ਨੂੰ ਐਂ ਲੱਗਦਾ ਵੀ ਜਿਹੜੇ ਇਹ ਫੜੇ ਹੈ ਸਾਰੇ ਹੀ ਲਾਲ ਕਿਲ੍ਹੇ ਤੋਂ ਗ੍ਰਿਫਤਾਰ ਕੀਤੇ ਹੈ। ਪਰ ਜਿਹੜੇ ਕੱਲ੍ਹ ਰਿਹਾਈ ਹੋਈ ਹੈ ਮੋਗੇ ਜ਼ਿਲ੍ਹੇ ਵਾਲਿਆਂ ਦੀ, ਉਹਨਾਂ ਦੀ FIR ਨੰਬਰ ਹੈ ਜਿਹੜੀ ਤਰੀਕ ਹੈ 29 ਦੀ ਹੈ, 26 ਦੀ ਨਹੀਂ, 29 ਤਰੀਕ ਨੂੰ ਆ ਰਹੇ ਸੀਗੇ 26 ਜਨਵਰੀ ਤੋਂ ਬਾਅਦ, ਜਦੋਂ ਸਰਕਾਰ ਨੇ ਪ੍ਰਚਾਰ ਚਲਾਇਆ ਵੀ ਇਹ ਕਿਸਾਨਾਂ ਨੇ ਬਹੁਤ ਵੱਡਾ ਪਾਪ ਕਰਤਾ, ਦੇਸ਼ ਧਰੋਹੀ ਕਾਰਨਾਮਾ ਕਰਤਾ, ਸਾਡੇ ਝੰਡੇ ਦਾ ਅਪਮਾਨ ਕਰਤਾ, ਇਹੋ ਜਿਹਾ ਧੂੰਆਂ ਧਾਰ ਪ੍ਰਚਾਰ ਕੀਤਾ ਤਾਂ ਕਿ ਜਿਹੜੇ ਕਿਸਾਨ ਹੈ ਉਹ ਪਿੰਡਾਂ 'ਚੋਂ ਆਉਣੋਂ ਹਟ ਜਾਣ, ਸਮਰਥਨ ਹੈ ਜਿਹੜਾ ਉਹ ਸਮਰਥਨ ਬੰਦ ਹੋ ਜਾਏ, ਤੇ ਜਦੋਂ ਸਮਰਥਨ ਬੰਦ ਹੋ ਗਿਆ ਤਾਂ ਸਾਨੂੰ ਅਟੈਕ ਕਰਨ ਦਾ ਮੌਕਾ ਮਿਲ ਜਾਏ, ਬਹਾਨਾ ਮਿਲ ਜਾਏ। ਉਹਨਾਂ ਦੇ ਪ੍ਰਚਾਰ ਨੇ ਕੀਤਾ ਸੀਗਾ ਤੇ 29 ਤਰੀਕ ਨੂੰ ਉਹਨਾਂ ਦੇ ਪ੍ਰਚਾਰ ਤੋਂ ਬਾਅਦ ਉਹ ਕਿਸਾਨ ਆ ਰਹੇ ਸੀਗੇ ਪੰਜਾਬ 'ਚੋਂ, ਉਹਨਾਂ ਦੇ ਪ੍ਰਚਾਰ ਦੀ ਪਰਵਾਹ ਕਰਦੇ ਹੋਏ ਵੀ ਜੇ ਸਾਡੇ ਕਿਸਾਨਾਂ 'ਤੇ ਹੁਣ ਨਾਜ਼ੁਕ ਦੀ ਘੜੀ ਹੈ, ਕੁਛ ਕਿਸਾਨ ਤੁਹਾਨੂੰ ਪਤਾ ਲੱਗਿਆ ਹੋਣਾ ਵੀ 26 ਤਰੀਕ ਨੂੰ ਜਿਹੜਾ ਸਿਰਫ 26 ਜਨਵਰੀ ਦੀ ਪਰੇਡ ਦੀ ਖਾਤਰ ਆਏ ਸੀਗੇ ਉਹ 27 ਤਰੀਕ ਨੂੰ ਮੁੜ ਗਏ ਸੀ,
ਵੱਡੀ ਗਿਣਤੀ ਦੇ ਵਿੱਚ ਮੁੜ ਵੀ ਗਏ ਸੀਗੇ ਜਿਹੜੇ ਸਿਰਫ 26 ਤਰੀਕ ਨੂੰ ਆਏ ਸੀ ਤਾਂ 29 ਤਰੀਕ ਨੂੰ ਉਹ ਕਿਸਾਨ ਸੀ ਜਿਨ੍ਹਾਂ ਨੇ ਕਿਹਾ ਵੀ ਹੁਣ ਮੁੜਨ ਦਾ ਮੌਕਾ ਨਹੀਂ ਹੁਣ ਉੱਥੇ ਜਾਣ ਦਾ ਮੌਕਾ ਹੁਣ ਉੱਥੇ ਪਿੰਨੀਆਂ ਤੇ ਜਿਹੜੇ ਆਹ ਕਾਜੂ ਬਦਾਮ ਖਾਣ ਦਾ ਮੌਕਾ ਨਹੀਂ ਹੁਣ ਲੜਨ ਦਾ ਮੌਕਾ ਹੁਣ ਜਾਣਾ ਚਾਹੀਦਾ ਤਾਂ 29 ਤਰੀਕ ਵਾਲੇ ਕਿਸਾਨ ਉਹ ਸੀਗੇ ਜਿਹੜੇ ਹਮਲੇ ਤੋਂ ਬਾਅਦ 26 ਤਰੀਕ ਦੇ ਹਮਲੇ ਤੋਂ ਬਾਅਦ ਆ ਰਹੇ ਸੀਗੇ ਤੇ ਨੰਗਲੋਈ ਥਾਣਾ ਇੱਥੇ ਇਹਨਾਂ ਦਾ ਪੈਂਦਾ ਨੰਗਲੋਈ ਥਾਣੇ ਵਾਲਿਆਂ ਨੇ ਫੜਿਆ ਉਹਨਾਂ ਨੂੰ ਵੀ ਤੁਸੀਂ ਦੇਸ਼ ਧਰੋਹੀ ਹੈ ਤੁਸੀਂ ਫਲਾਨੇ ਆ ਤੁਸੀਂ ਧਮਕੇ ਹੈ ਤੁਹਾਨੂੰ ਤੁਸੀਂ ਕਿਉਂ ਆ ਰਹੇ ਹੋ ਤੁਸੀਂ ਉਹਨਾਂ ਨੂੰ ਰਸਤੇ ਚੋਂ ਫੜ ਕੇ ਹਜੇ ਇੱਥੇ ਪਹੁੰਚੇ ਵੀ ਨਹੀਂ ਸੀ ਆਪਣੇ ਧਰਨੇ ਦੇ ਵਿੱਚ ਰਸਤੇ ਚੋਂ ਫੜ ਕੇ ਨੰਗਲੋਈ ਥਾਣੇ ਵਾਲੇ ਨੇ ਗ੍ਰਿਫਤਾਰ ਕੀਤਾ 29 ਤਰੀਕ ਨੂੰ ਉਹ ਹੈ 29 ਤਰੀਕ ਵਾਲੇ ਜਿਹੜੇ ਕਿ ਕੋਈ ਜਿਨ੍ਹਾਂ ਨੇ ਕੋਈ ਨਾ 26 ਦੇ ਐਕਸ਼ਨ 'ਚ ਸ਼ਾਮਲ ਹੈ ਨਾ ਕਿਸੇ ਹੋਰ ਕਾਰਵਾਈ 'ਚ ਸ਼ਾਮਲ ਹੈ ਉਹ ਸਿਰਫ 26 ਤੋਂ ਬਾਅਦ ਜਿਹੜਾ ਕਿਸਾਨਾਂ ਤੇ ਹਮਲਾ ਹੋਇਆ ਉਹਦੀ ਰੱਖਿਆ ਕਰਨ ਦੀ ਖਾਤਰ 29 ਤਰੀਕ ਨੂੰ ਆ ਰਹੇ ਸੀਗੇ ਤੇ ਉਹਨਾਂ ਨੇ ਫੜਿਆ ਸੋ ਉਹ ਹੈ ਸਾਡੇ ਤੇ ਬਾਲ ਮੈਂ ਜਿਹੜੀ ਕਹਿੰਦਾ ਸੀ ਵੀ ਕੇਂਦਰ ਸਰਕਾਰ ਸਾਡੇ ਤੇ ਕ੍ਰਿਕਟ ਦੇ ਮੈਚ ਦੇ ਵਿੱਚ ਬਾਲਾਂ ਸਿੱਟ ਰਹੀ ਹੈ ਤੇ ਸਾਨੂੰ ਉਹ ਨੌਜਵਾਨ ਕਹਿੰਦੇ ਆ ਵੀ ਤੁਸੀਂ ਮੋੜੋ ਬੱਲੇਬਾਜ਼ ਆ ਜਿਹੜੇ ਤੁਸੀਂ ਮੋੜੋ ਉਹਨਾਂ ਦੀ ਬਾਲ ਨੂੰ ਤੇ ਭਰਾਵੋ ਹੁਣ ਬਾਲ ਮੋੜਨੀ ਆ ਉਹਨਾਂ ਦੀ 6 ਮਾਰਚ ਨੂੰ ਤੇ ਮੈਂ ਸੋਥੋਂ ਉਮੀਦ ਕਰਦਾ ਜਦੋਂ ਕ੍ਰਿਕਟ ਦਾ ਮੈਚ ਮੇਰਾ ਖਿਆਲ ਹੈ ਬਹੁਤੀ ਗਿਣਤੀ ਅੱਜ ਕੱਲ੍ਹ ਜਿਹੜੀ ਜਾਣਦੀ ਆ ਭਾਵੇਂ ਨੌਜਵਾਨ ਆ ਭਾਵੇਂ ਦੂਜੇ ਆ ਜਦੋਂ ਬੱਲੇਬਾਜ਼ ਮੋੜਦਾ ਨਾ ਬਾਲ ਨੂੰ ਜੇ ਉਹ ਉਹੀ ਖੜਾ ਦੇ ਬਾਲ ਨੂੰ ਵੀ ਮੇਰੇ ਕਿਤੇ ਆਹ ਜਿਹੜੇ ਡੰਡੇ ਜਿਹੜਾ ਡਿੱਗ ਪੈਣ ਮੈਂ ਆਊਟ ਨਾ ਹੋ ਜਾ ਕਿਤੇ ਸਿਰਫ ਆਪਦੇ ਡਿਫੈਂਸ ਦੀ ਖਾਤਰ ਡੰਡਿਆਂ ਨੂੰ ਬਚਾਉਣ ਦੀ ਖਾਤਰ ਜਦੋਂ ਬਾਲ ਮੋੜਦਾ ਰਨ ਕੋਈ ਨਹੀਂ ਬਣਾਉਂਦਾ ਤੁਹਾਨੂੰ ਕਹਿ ਦਿੰਦੇ ਆ ਬੱਲੇਬਾਜ਼ ਨਿਖਿੱਧ ਹੈ ਇਹ ਤਾਂ ਕੋਈ ਰਨ ਹੀ ਨਹੀਂ ਬਣਿਆ ਜੇ ਘੱਟੋ ਘੱਟ ਸਿੰਗਲ ਰਨ ਹੈ ਜਿਹੜਾ ਇੱਕ ਰਨ ਤਾਂ ਬਣਨਾ ਚਾਹੀਦਾ ਜਿਹੜਾ ਇੱਕ ਰਨ ਵੀ ਬਣਾ ਦੇ ਉਹਨੂੰ ਵੀ ਚੱਲ ਘੱਟੋ ਘੱਟ ਖਿਡਾਰੀ ਕਿਹਾ ਜਾਂਦਾ ਬੱਲੇਬਾਜ਼ ਜਿਹੜਾ 2 ਬਣਾ ਦੇ ਉਦੋਂ ਵਧੀਆ ਖਿਡਾਰੀ ਹੈ ਜਿਹੜਾ ਚੌਂਕਾ ਲਾ ਦੇ ਉਹ ਉਦੋਂ ਵਧੀਆ ਬੱਲੇਬਾਜ਼ ਹੈ ਤੇ ਫਿਰ ਜਿਹੜਾ ਛਿੱਕਾ ਲਾ ਦੇ ਉਹ ਸਾਰਿਆਂ ਨੂੰ ਟੌਪ ਦਾ ਬੱਲੇਬਾਜ਼ ਹੁੰਦਾ ਤੇ ਭਰਾਵੋ 6 ਤਰੀਕ ਨੂੰ ਆਪਾਂ ਕੀ ਕਰਨਾ ਛਿੱਕਾ ਲਾਉਣਾ ਛਿੱਕਾ ਠੀਕ ਹੈ ਜਦੋਂ ਜਿਹੜਾ ਬੱਲੇਬਾਜ਼ ਹੈ ਛਿੱਕਾ ਲਾਉਂਦਾ ਨਾ ਥੋੜਾ ਜਿਹਾ ਖਤਰਾ ਵੀ ਹੁੰਦਾ ਜੋਖਮ ਵੀ ਹੁੰਦਾ ਕਿਉਂਕਿ ਬਾਲ ਨੂੰ ਤਾਹਾਂ ਚੜਾਉਣਾ ਹੁੰਦਾ ਫਿਰ ਜਾ ਕੇ ਬਾਰਡਰ ਪਾਰ ਕਰਦੀ ਆ ਬਾਲ ਬਾਉਂਡਰੀ ਪਾਰ ਕਰਦੀ ਹੈ ਤੇ ਕਈ ਵਾਰੀ ਜੇ ਬਾਉਂਡਰੀ ਤੋਂ ਉਰਾ ਰਹਿ ਜੇ ਤੇ ਫਿਰ ਬਾਲ ਕੈਚ ਵੀ ਹੋ ਜਾਂਦੀ ਹੈ ਤੇ ਬੱਲੇਬਾਜ਼ ਆਊਟ ਵੀ ਹੋ ਜਾਂਦਾ ਕੋਈ ਰਨ ਨਹੀਂ ਬਣਦਾ ਬੱਲੇਬਾਜ਼ ਮੈਦਾਨ ਚੋਂ ਬਾਹਰ ਸੋ ਉਹਦੇ ਵਿੱਚ ਜੋਖਮ ਵੀ ਹੁੰਦਾ ਰਿਸਕ ਵੀ ਹੁੰਦਾ ਪਰ ਜਿਹੜਾ ਬੱਲੇਬਾਜ਼ ਰਿਸਕ ਨਹੀਂ ਲੈਂਦਾ ਡਰਦਾ ਹੋਇਆ ਖੇਡਦਾ ਵੀ ਕਿਤੇ ਮੈਂ ਆਊਟ ਨਾ ਹੋ ਜਾ ਕਿਤੇ ਆ ਡੰਡੇ ਜਿਹੇ ਜਿਹੜੇ 3 ਡੰਡੇ ਜਿਹੇ ਖੜੇ ਹੁੰਦੇ ਇਹਨਾਂ ਚ ਆ ਕੇ ਤੇ ਬਾਲ ਵੱਜ ਜੇ ਡਰਿਆ ਹੋਇਆ ਜਿਹੜਾ ਖਿਡਾਰੀ ਹੈ ਉਹ ਮਰਿਆ ਹੋਇਆ ਮੈਚ ਖੇਡਦਾ ਹੁੰਦਾ ਸੋ ਇਸ ਤਰੀਕੇ ਨਾਲ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਸਾਡਾ ਉਦੇਸ਼ ਸਹੀ ਹੈ ਸਾਡਾ ਮਸਲਾ ਸਹੀ ਹੈ ਅਸੀਂ ਕੋਈ ਪੋਲੀਟੀਕਲ ਪਾਵਰ ਲੈਣ ਦੀ ਖਾਤਰ ਇੱਥੇ ਮੋਰਚਾ ਨਹੀਂ ਲਾਇਆ ਅਸੀਂ ਕੋਈ ਚੋਣਾਂ ਜਿੱਤਣ ਦੀ ਖਾਤਰ ਮੋਰਚਾ ਨਹੀਂ ਲਾਇਆ ਇੱਥੇ ਕੋਈ ਇਹ ਮੋਰਚਾ ਲਾਇਆ 3 ਕਾਨੂੰਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਇਹ ਮੋਰਚਾ ਲਾਇਆ MSP ਦੀ ਕਾਨੂੰਨੀ ਗਰੰਟੀ ਦੀ ਖਾਤਰ ਇਹ ਮੋਰਚਾ ਲਾਇਆ ਜਿਹੜਾ ਸਾਡੇ ਤੇ ਝੂਠੇ ਪਰਚੇ ਬਣਾਇਆ ਝੂਠੇ ਪਰਚੇ ਰੱਦ ਕਰਾ ਕੇ ਕਿਸਾਨਾਂ ਤੇ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਾਉਣ ਦੀ ਖਾਤਰ ਇਹਦੀ ਖਾਤਰ ਮੋਰਚਾ ਸੋ ਇਸ ਜਦੋਂ ਸਾਡਾ ਅੰਦੋਲਨ ਹੈ ਸਾਡਾ ਮੋਰਚਾ ਸਮੁੱਚੇ ਕਿਸਾਨਾਂ ਦੀ ਲੁਕਾਈ ਦੀ ਖਾਤਰ ਹੈ ਇਹਦਾ ਉਦੇਸ਼ ਸਹੀ ਹੈ ਉੱਚਾ ਸੁੱਚਾ ਤੇ ਇੱਥੇ ਜਿਹੜੇ ਬੰਦੇ ਹੈ ਉਹ ਕੁਰਬਾਨੀ ਦੀ ਭਾਵਨਾ ਨਾਲ ਆਏ ਆ ਕੋਈ ਲਾਹਾ ਖੱਟਣ ਨਹੀਂ ਆਏ ਠੀਕ ਹੈ ਭੀੜਾਂ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਵੀ ਭੀੜਾਂ ਇਕੱਠੀਆਂ ਕਰਦੀਆਂ ਨੇ ਵੋਟਾਂ ਵੇਲੇ ਪਰ ਉਹ ਜਿਹੜੀਆਂ ਭੀੜਾਂ ਹੁੰਦੀਆਂ ਉਹ ਕਿਰਾਏ ਦੀਆਂ ਭੀੜਾਂ ਹੁੰਦੀਆਂ ਨੇ ਪੈਸੇ ਦੇ ਕੇ ਲਿਆਂਦੀਆਂ ਜਾਂਦੀਆਂ ਨੇ ਦਿਹਾੜੀ ਦੇ ਕੇ ਲਿਆਂਦੀਆਂ ਜਾਂਦੀਆਂ ਨੇ ਸ਼ਰਾਬ ਦਾ ਬੋਤਲ ਦਾ ਲਾਰਾ ਲਾ ਕੇ ਲਿਆਂਦੀਆਂ ਜਾਂਦੀਆਂ ਵੀ ਸ਼ਾਮ ਨੂੰ ਤੁਹਾਨੂੰ ਪਿਆਵਾਂਗੇ ਪਰ ਜਿਹੜਾ ਇਹ ਇਕੱਠ ਹੈ ਇਹ ਨਾ ਤਾਂ ਕਿਰਾਏ ਦਾ ਇਕੱਠ ਹੈ ਨਾ ਬੋਤਲ ਤੇ ਆਇਆ ਹੋਇਆ ਇਕੱਠ ਹੈ ਤੇ ਨਾ ਇਹ ਹੋਰ ਲਾਲਚ ਦੇ ਵਿੱਚ ਆਇਆ ਹੋਇਆ ਇਕੱਠ ਹੈ ਇਹ ਸਾਰੇ ਕੁਰਬਾਨੀ ਵਾਲਾ ਇਕੱਠ ਹੈ ਮੋਰਚੇ ਨੂੰ ਜਿੱਤਣ ਦੀ ਭਾਵਨਾ ਦੇ ਵਿੱਚ ਆਇਆ ਹੋਇਆ ਇਕੱਠ ਹੈ ਸੋ ਇਸ ਕਰਕੇ ਆਪਣਾ ਉਦੇਸ਼ ਵੀ ਸਹੀ ਹੈ ਆਪਣਾ ਅਖਲਾਕ ਵੀ ਸਹੀ ਹੈ
ਤੇ ਲਾਜ਼ਮੀ ਆਪਾਂ ਜੋਖਮ ਲਵਾਂਗੇ ਉੱਤੇ ਕੁਝ ਵੀ ਹੋ ਜਾਏ ਭਾਵੇਂ ਸਾਨੂੰ ਜੇ ਰਾਹ 'ਚ ਰੋਕ ਦਿਆ ਜੋਖਮ ਲਵਾਂਗੇ ਮੈਨੂੰ ਨਹੀਂ ਲੱਗਦਾ ਜੇ ਤੁਹਾਡੀ ਜਿੰਨੀ ਤਾਕਤ ਹੈ ਇਹਦੇ ਹਿਸਾਬ ਨਾਲ ਇਕੱਠਾ ਹੋ ਕੇ ਡਿਸਪਲਿਨ ਦੇ ਵਿੱਚ ਇੱਕ ਮੁੱਠਤਾ ਦੇ ਵਿੱਚ ਸਾਰੇ ਇੱਕ ਮੂੰਹ ਹੋ ਕੇ ਜਾਵਾਂਗੇ ਕੇਐਮਪੀ ਵੱਲ ਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਤਾਕਤ ਰੋਕ ਸਕੂਗੀ ਜੇ ਰੋਕੂਗੀ ਦਿੱਲੀ ਤੋਂ ਬਾਹਰ ਨਹੀਂ ਰੋਕੂਗੀ ਕਿਉਂਕਿ ਕੇਐਮਪੀ ਦਿੱਲੀ ਦੇ ਅੰਦਰ ਨਹੀਂ ਦਿੱਲੀ ਦੇ ਬਾਹਰ ਹੈ ਇੱਥੇ ਹਰਿਆਣੇ ਦੀ ਸਰਕਾਰ ਰੋਕੂਗੀ ਜੇ ਰੋਕਿਆ ਇੱਥੇ ਯੂਪੀ ਦੀ ਸਰਕਾਰ ਰੋਕੂਗੀ ਜੇ ਰੋਕਿਆ ਹਰਿਆਣੇ ਦੀ ਸਰਕਾਰ ਨੇ ਤੂੰ ਪਹਿਲਾਂ ਵੀ ਰੋਕ ਕੇ ਵੇਖਿਆ ਖੱਟਰ ਸਰਕਾਰ ਨੇ ਤੇ ਉੱਥੋਂ ਦੇ ਆਪਣੇ ਅੰਦੋਲਨ ਨੇ ਉਹਨਾਂ ਦੀ ਇਹ ਹਾਲਤ ਬਣਾਈ ਹੋਈ ਹੈ ਖੱਟਰ ਦੀ ਨਾਲੇ ਉਹਨਾਂ ਦਾ ਜਿਹੜਾ ਡਿਪਟੀ ਮੁੱਖ ਮੰਤਰੀ ਆ ਚੁਟਾਲਾ ਵੀ ਉਹ ਆਪਣੇ ਹਲਕੇ ਦੇ ਵਿੱਚ ਰੈਲੀਆਂ ਨਹੀਂ ਕਰ ਸਕਦੇ ਦੋ ਵਾਰੀ ਰੈਲੀ ਕਰਨ ਦੀ ਕੋਸ਼ਿਸ਼ ਕੀਤੀ ਹੈ ਦੋਨੋਂ ਵਾਰੀ ਉਹਨਾਂ ਦਾ ਜਿਹੜਾ ਹੈਲੀਕਾਪਟਰ ਆ ਵਾਪਸ ਗਿਆ ਉੱਤਰ ਨਹੀਂ ਸਕਿਆ ਧਰਤੀ ਤੇ ਸੋ ਇਹ ਜਿਹੜੀਆਂ ਸਰਕਾਰਾਂ ਨੇ ਪਹਿਲਾਂ ਵੀ ਵੇਖਿਆ ਨਹੀਂ ਰੋਕ ਸਕਣਗੀਆਂ ਤੇ ਆਪਾਂ ਮੈਚ ਆ ਜਿਹੜਾ ਉੱਤੇ ਵਾਲਾ 6 ਮਾਰਚ ਵਾਲਾ ਜਿੱਤਣਾ ਭਰਾਵੋ ਇਹ ਮੇਰਾ ਪਹਿਲਾ ਪੁਆਇੰਟ ਸੀ ਦੂਜਾ ਪੁਆਇੰਟ ਹੈ ਵੀ 6 ਤਰੀਕ ਦਾ ਮੈਚ ਤਾਂ ਤੈਅ ਹੋ ਗਿਆ ਉਹਨਾਂ ਦੀਆਂ ਬਾਲਾਂ ਦਾ ਜਵਾਬ ਦੇਣਾ ਪਰ ਕੀ ਉਦੋਂ ਬਾਅਦ ਦਾ ਵੀ ਕੋਈ ਮੈਚ ਹੈ ਉਦੋਂ ਬਾਅਦ ਦਾ ਵੀ ਕੋਈ ਐਕਸ਼ਨ ਪ੍ਰੋਗਰਾਮ ਹੈ ਜਾਂ ਨਹੀਂ ਹੈ ਉਦੋਂ ਬਾਅਦ ਦਾ ਵੀ ਭਰਾਵੋ ਐਕਸ਼ਨ ਪ੍ਰੋਗਰਾਮ ਦੇਣ ਦੀ ਖਾਤਰ 9 ਤਰੀਕ ਦੀ ਦੁਬਾਰੇ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੀ ਦੁਬਾਰੇ ਮੀਟਿੰਗ ਰੱਖਤੀ ਹੈ ਜਿਹਦੇ ਵਿੱਚ ਅਗਲਾ ਐਕਸ਼ਨ ਪ੍ਰੋਗਰਾਮ ਤੈਅ ਕਰਨ ਦੀ ਖਾਤਰ ਹੀ ਰੱਖੀ ਹੈ ਉਦੋਂ ਪਹਿਲਾਂ 8 ਮਾਰਚ ਨੂੰ ਭਾਵੇਂ ਉਹ ਐਕਸ਼ਨ ਪ੍ਰੋਗਰਾਮ ਨਹੀਂ ਕਹਿੰਦੇ ਅਸੀਂ ਔਰਤਾਂ ਦਾ ਇੱਕ ਵੱਡਾ ਪ੍ਰੋਗਰਾਮ ਹੈ 8 ਮਾਰਚ ਨੂੰ ਸਾਰੀ ਦੁਨੀਆ ਦੇ ਵਿੱਚ ਔਰਤ ਮੁਕਤੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਔਰਤਾਂ ਦੇ ਦਿਹਾੜੇ ਦੇ ਤੌਰ ਤੇ ਮਨਾਇਆ ਜਾਂਦਾ ਇੰਟਰਨੈਸ਼ਨਲ ਪੱਧਰ ਤੇ ਔਰਤ ਦਿਹਾੜਾ ਹੈ ਜਿਹਦੇ ਵਿੱਚ ਜਿਹੜੀ ਔਰਤਾਂ ਦੀ ਅੱਧੀ ਆਬਾਦੀ ਹੈ ਸੰਸਾਰ ਦੀ ਜੇ 7 ਅਰਬ ਕੁੱਲ ਆਬਾਦੀ ਹੈ ਤਾਂ 3.5 ਅਰਬ ਕੱਲੀਆਂ ਔਰਤਾਂ ਨੇ ਸਾਰੀਆਂ ਦੁਨੀਆ ਦੇ ਵਿੱਚ ਉਹ ਅੱਧੀ ਆਬਾਦੀ ਦਾ ਕੀ ਰੋਲ ਹੈ ਇਸ ਸਮਾਜ ਦੇ ਵਿੱਚ ਇਸ ਰਾਜ ਪ੍ਰਬੰਧ ਦੇ ਵਿੱਚ ਇਹ ਸਮਾਜ ਦੇ ਵਿਕਾਸ ਦੀ ਖਾਤਰ ਖੇਤੀ ਦੇ ਵਿਕਾਸ ਦੀ ਖਾਤਰ ਉਹ ਔਰਤਾਂ ਦਾ ਕੀ ਰੋਲ ਹੈ ਉਸ ਦਿਨ ਉਸ 8 ਮਾਰਚ ਨੂੰ ਉਸ ਤੇ ਸਾਰੀਆਂ ਵਿਚਾਰਾਂ ਹੁੰਦੀਆਂ ਨੇ ਸੋ ਆਪਾਂ 8 ਮਾਰਚ ਨੂੰ ਇੱਥੇ ਔਰਤਾਂ ਦਾ ਵੱਡਾ ਇਕੱਠ ਕਰਕੇ ਦੱਸਾਂਗੇ ਵੀ ਔਰਤਾਂ ਨੇ ਕੀ ਰੋਲ ਕਰਨਗੀਆਂ ਜਿਹੜਾ ਗਾਹਾਂ 8 ਮਾਰਚ ਤੋਂ ਬਾਅਦ ਐਕਸ਼ਨ ਪ੍ਰੋਗਰਾਮ ਆਊਗਾ ਉਹਦੇ ਵਿੱਚ ਔਰਤਾਂ ਦਾ ਕੀ ਰੋਲ ਹੋਊਗਾ ਕੀ ਕਾਰਵਾਈ ਕਰਨਗੀਆਂ ਆਪਾਂ ਇੱਥੇ 8 ਤਰੀਕ ਨੂੰ ਔਰਤਾਂ ਦਾ ਇਕੱਠ ਕਰਕੇ ਔਰਤਾਂ ਦੇ ਰੋਲ ਬਾਰੇ ਇਸ ਘੋਲ ਦੇ ਵਿੱਚ ਔਰਤਾਂ ਦੇ ਰੋਲ ਬਾਰੇ ਦੱਸਾਂਗੇ ਸੋ ਮੈਂ ਉਦੋਂ ਗਾਹਾਂ ਜਿਹੜੀ ਕੱਲ੍ਹ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਹਜੇ ਭਾਵੇਂ 8 ਮਾਰਚ ਤੋਂ ਬਾਅਦ ਦਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਪਰ 8 ਮਾਰਚ ਤੋਂ ਬਾਅਦ ਕਿਉਂਕਿ 8 ਮਾਰਚ ਤੋਂ ਲੈ ਕੇ 9 ਅਪ੍ਰੈਲ ਤੱਕ ਕੇਂਦਰ ਸਰਕਾਰ ਦਾ ਬਜਟ ਸੈਸ਼ਨ ਹੈ ਪਾਰਲੀਮੈਂਟ ਦੇ ਵਿੱਚ ਸਾਰੇ ਮੰਤਰੀਆਂ ਨੇ ਸਾਰੇ ਐਮਪੀਆਂ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਕਿਸਾਨਾਂ ਦੇ ਨੁਮਾਇੰਦੇ ਹਾਂ ਅਸੀਂ ਕਿਸਾਨਾਂ ਦੀ ਖਾਤਰ ਹੈ ਅਸੀਂ ਲੋਕਾਂ ਦੀ ਖਾਤਰ ਹੈ ਤਾਂ ਉਹਨਾਂ ਨੇ ਇੱਥੇ ਬੈਠਣਾ 1 ਮਹੀਨਾ ਉਹ ਜਦੋਂ ਦਿੱਲੀ 'ਚ 1 ਮਹੀਨਾ ਬੈਠਣਗੇ ਉਸ ਮੌਕੇ ਤੇ 8 ਮਾਰਚ ਤੋਂ ਬਾਅਦ ਤੇ 9 ਅਪ੍ਰੈਲ ਦੇ ਸੰਨ 'ਚ ਅਸੀਂ ਜਿਹੜੇ ਐਕਸ਼ਨ ਪ੍ਰੋਗਰਾਮ ਹੈ ਦਿੱਲੀ ਕੇਂਦਰ ਤਾਂ ਉਹਦੀਆਂ ਕਾਫੀ ਭਾਵੇਂ ਪਾਸ ਅਜੇ ਨਹੀਂ ਹੋਏ ਪਾਸ ਹੋਣੇ ਹੈ 9 ਤਰੀਕ ਦੀ ਮੀਟਿੰਗ ਦੇ ਵਿੱਚ ਪਰ ਉਹਨਾਂ ਦੇ ਐਕਸ਼ਨ ਪ੍ਰੋਗਰਾਮ ਦੀਆਂ ਆਪਸ਼ਨਾਂ ਆ ਗਈਆਂ ਉਹਦੇ ਵਿੱਚ ਪਾਰਲੀਮੈਂਟ ਜਿੱਥੇ ਉਹ ਬੈਠਣਗੇ ਸਾਰੇ ਮੰਤਰੀ ਐਮਪੀ ਉਹਨਾਂ ਵੱਲ ਪੈਦਲ ਕੂਚ ਦਾ ਵੀ ਪ੍ਰੋਗਰਾਮ ਹੋ ਸਕਦਾ ਪਰ ਅਜੇ ਨਹੀਂ ਕਹਿੰਦੇ ਆਪਸ਼ਨ ਹੈ ਇੱਕ ਉਹਦੇ ਵਿੱਚ ਔਰਤਾਂ ਦਾ ਮਾਰਚ ਵੀ ਹੋ ਸਕਦਾ ਉਹਦੇ ਵਿੱਚ ਦਿੱਲੀ ਦਾ ਜਿਹੜਾ ਚਾਰਜ ਫਿਰ ਉਹ ਮੁਕੰਮਲ ਕਰਾਓ ਕਿਉਂਕਿ 6 ਬਾਰਡਰ ਨੇ 22 ਬਾਰਡਰ ਹੈ ਛੋਟੇ ਮੋਟੇ ਰਸਤੇ 22 ਆ ਜਿਹੜੇ ਦਿੱਲੀ ਨੂੰ ਜਾਂਦੇ ਆ ਉਹ 22 ਦੇ 22 ਰੋਕਣ ਵਾਲਾ ਵੀ ਹੋ ਸਕਦਾ ਇਸ ਤਰ੍ਹਾਂ ਦੀਆਂ ਕਈ ਆਪਸ਼ਨਾਂ ਨੇ ਹੋਰ ਵੀ ਹੈ ਉਹਨਾਂ ਦੇ ਵਿੱਚੋਂ ਤੁਹਾਨੂੰ ਲਾਜ਼ਮੀ ਜਿਹੜਾ ਸਾਰਿਆਂ ਨੂੰ ਵੱਧ ਢੁਕਦਾ ਹੋਇਆ ਸਾਰਿਆਂ ਦੀ ਸਹਿਮਤੀ ਹੋਈ ਜਿਹਦੇ ਤੇ ਉਹ ਤੁਹਾਨੂੰ 9 ਮਾਰਚ ਦੀ ਤਰੀਕ ਦੇ ਵਿੱਚ ਅਗਲਾ ਐਕਸ਼ਨ ਪ੍ਰੋਗਰਾਮ ਦੇਵਾਂਗੇ ਤੇ 6 ਮਾਰਚ ਤੋਂ ਬਾਅਦ ਉਹਦੀ ਵੀ ਨਾਲ ਦੀ ਨਾਲ ਤਿਆਰੀ ਸ਼ੁਰੂ ਹੋ ਜਾਣੀ ਚਾਹੀਦੀ ਹੈ ਤੇ ਦੋਨਾਂ ਤੇ ਹੀ ਆਪਾਂ ਮੈਚ ਜਿੱਤਣਾ ਇਹਨਾਂ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਭੈਣਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।